से जरूरी है प्रोग्राम ਤੁਹਾਡਾ ਬਹੁਤ ਹੀ ਸਵਾਗਤ ਹੈ ਮੈਂ ਕੋਚ ਰਾਜਕੁਮਾਰ ਅੱਜ ਦੀ ਰੁਝਾਵੇਂ ਭਰੀ ਜ਼ਿੰਦਗੀ ਕਿਸੇ ਕੋਲ ਵੀ ਆਪਣੀ ਸਿਹਤ ਲਈ ਬਿਲਕੁਲ ਵੀ ਵਕਤ ਨਹੀਂ ਹੈ ਜਿਹਦੇ ਕਰਕੇ ਸਾਨੂੰ ਬਹੁਤ ਜ਼ਿਆਦਾ ਬਿਮਾਰੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸਾਰੇ ਬਿਮਾਰ ਰਹਿ ਰਹੇ ਸਭ ਤੋਂ ਵੱਡੀ ਬਿਮਾਰੀ ਦੀ ਜੜ ਹੈ ਤੁਹਾਡੀ ਬੋਡੀ ਦਾ ਮੋਟਾਪਾ ਜਿਹਦੇ ਉੱਪਰੋਂ ਤੁਹਾਨੂੰ ਸਭ ਤੋਂ ਜ਼ਿਆਦਾ ਫੈਟ ਚਾਹੁੰਦੀ ਹੈ ਤੁਹਾਡੇ ਉਹਦੇ ਨਾਲ ਹੀ ਤੁਹਾਨੂੰ ਸਾਰੀਆਂ ਬਿਮਾਰੀਆਂ ਦਾ ਸਟਾਰਟਿੰਗ ਹੁੰਦੀ ਹੈ ਅੱਜ ਆਪਾਂ ਇਸ ਵਿਸ਼ੇ ਤੇ ਹੀ ਗੱਲ ਕਰਾਂਗੇ ਵੀ ਇਸ ਫੈਟ ਵਾਲੀਆਂ ਚੀਜ਼ਾਂ ਨੂੰ ਨਾ ਖਾ ਕੇ ਐਕਸਰਸਾਈਜ਼ ਕਰਕੇ ਆਪਣੇ ਆਪ ਨੂੰ ਕਿੱਦਾਂ ਤੰਦਰੁਸਤ ਰੱਖਿਆ ਜਾ ਸਕਦਾ ਹੈ ਤੇ ਆਪਣੀ ਸਿਹਤ ਨੂੰ ਕਿੱਦਾਂ ਹੋਰ ਨਿਖਾਰਿਆ ਜਾ ਸਕਦਾ ਹੈ ਤੇ ਆਪਣੇ ਆਪ ਨੂੰ ਵਧੀਆ ਰੱਖਿਆ ਜਾ ਸਕਦਾ ਹੈ जिम बहुत ही ज़्यादा साड़ी शरीर ले जरूरी बन गया है जिदा अज दे खाण पीण विच फास्ट फूड सारा कुछ ऑयली चीज़ आप कोई भी केयर नहीं करते इस करके अपन जिम जरूर ज्वाइन करना चाहिए जेदे नाल अपनी सेहत बिल्कुल तंदुरुस्त रहे ते आप वधिया रहिए जिम दे विच कार्डियो बहुत ही जरूरी सैक्शन है जिदे नाल करना तुहाडे बॉडी दे विच पूरा ब्लड फ्लो प्रोपरली वर्क करता है जो तुहानू बीमारियों तो रह दिंदा अते तुहानू मोटापे तो निजात मिलती है ਇਹਦੇ ਵਿੱਚ ਸਭ ਤੋਂ ਜ਼ਰੂਰੀ ਟ੍ਰੈਡਮਿਲ ਜਿਹਨੂੰ ਆਪਾਂ ਸੈਰ ਕਹਿੰਦੇ ਆ ਸਵੇਰ ਦੀ ਤੇ ਇਹਦੇ ਵਿੱਚ ਨਾਲ ਮੇਰੇ ਪਿੱਛੇ ਤੁਸੀਂ ਦੇਖ ਰਹੇ ਕ੍ਰੋਸ ਟ੍ਰੇਨਰ ਇਹ ਲੈਗਸ ਤੇ ਤੇ ਹਿੱਪ ਤੇ ਜ਼ਿਆਦਾ ਅਸਰ ਕਰਦਾ ਹੈ ਟ੍ਰੈਡਮਿਲ ਜਿਹਦਾ ਆਪਾਂ ਬਾਹਰ ਸੈਰ ਕਰਨ ਜਾਂਦੇ ਆ ਆਪਣੇ ਕੋਲ ਨਹੀਂ ਟਾਈਮ ਲੱਗਦਾ ਆਪਾਂ ਕਈਆਂ ਨੇ ਘਰਾਂ ਵਿੱਚ ਵੀ ਟ੍ਰੈਡਮਿਲ ਲਿਆ ਕੇ ਰੱਖੇ ਨੇ ਪਰ ਕਿਸੇ ਕੋਲ ਵੀ ਟਾਈਮ ਨਹੀਂ ਆ ਉਸ ਇਕਵਿਪਮੈਂਟ ਨੂੰ ਯੂਜ਼ ਕਰਨ ਲਈ ਇਸ ਕਰਕੇ ਜਿਮ ਇੱਕ ਇਦਾਂ ਦੀ ਚੀਜ਼ ਆ ਜਿੱਥੇ ਤੁਸੀਂ ਆਉਂਦੇ ਆ ਤੇ ਆਪਣੇ ਆਪ ਨੂੰ ਸਿਹਤਮੰਦ ਤੇ ਵਧੀਆ ਰੱਖਦੇ ਆ ਬਾਹਰ ਸੈਰ ਕਰਨ ਨਾਲੋਂ ਇੱਥੇ ਆ ਕੇ ਸੈਰ ਕਰਦੇ ਆ ਤੁਹਾਡੇ ਨਾਲ ਕਈ ਜਣੇ ਸੈਰ ਕਰਦੇ ਜਿੰਨਾ ਤੁਹਾਡੀ ਪੂਰੀ ਰੁਟੀਨ ਬਣਦੀ ਤੇ ਇੱਕ ਦੂਜੇ ਨੂੰ ਦੇਖ ਕੇ ਆਪਾਂ ਰੋਜ਼ ਆ ਕੇ ਪ੍ਰੋਪਰਲੀ ਐਕਸਰਸਾਈਜ਼ ਕਰਦੇ ਆ ਇਸ ਤੋਂ ਬਾਅਦ ਜੀ ਸਾਡੇ ਕਾਰਡੀਓ ਵਿੱਚ ਇਸ ਤੋਂ ਬਾਅਦ ਇੱਕ ਕ੍ਰੋਸ ਟ੍ਰੇਨਰ ਜੋ ਕਿ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ ਇਸ ਚੀਜ਼ ਦੇ ਵਿੱਚ ਕਾਰਡੀਓ ਸੈਕਸ਼ਨ ਵਿੱਚ ਜੋ ਆਪਣੀ ਲੈਗਸ ਤਾਂ ਹਿੱਪ ਨੂੰ ਸਭ ਤੋਂ ਜ਼ਿਆਦਾ ਰਿਡਿਊਸ ਕਰਦਾ ਜਿਹਦੇ ਵਿੱਚ ਕਿ ਅੱਜ ਕੱਲ੍ਹ ਹੁੰਦਾ ਆਪਾਂ ਰਨਿੰਗ ਕਰਦੇ ਆ ਕੁਛ ਵੀ ਕਰਦੇ ਉਹਦੇ ਨਾਲ ਫਰਕ ਪੈਂਦਾ ਬਟ ਹਿੱਪ ਤੇ ਲੈਗਸ ਫਿਰ ਵੀ ਆਪਣੀਆਂ ਮੋਟੀਆਂ ਦੇ ਮੋਟੀਆਂ ਰਹਿੰਦੀਆਂ ਉਹਨਾਂ ਨੂੰ ਰਿਡਿਊਸ ਕਰਨ ਲਈ ਆਪਣੇ ਕੋਲ ਕ੍ਰੋਸ ਟ੍ਰੇਨਰ ਇੱਕ ਇਦਾਂ ਦੀ ਮਸ਼ੀਨ ਆ ਜਿਹੜੀ ਸਭ ਤੋਂ ਜ਼ਿਆਦਾ ਇਫੈਕਟ ਹੀ ਉਸ ਚੀਜ਼ ਤੇ ਕਰਦੀ ਆ ਜੇ ਕਿਸੇ ਦੀ ਲੈਗਸ ਹੈਵੀ ਆ ਹਿੱਪ ਹੈਵੀ ਆ ਉਹਨੂੰ ਬਹੁਤ ਜਲਦੀ ਹੈਲਪ ਮਿਲਦੀ ਆ ਰਿਡਿਊਸ ਕਰਨ ਵਿੱਚ ਇਸ ਤੋਂ ਬਾਅਦ ਸਾਡੇ ਕੋਲ ਅਗਲੀ ਇੱਕ ਮਸ਼ੀਨ ਹੈ ਜੋ ਕਿ ਸਾਈਕਲਿੰਗ ਜਿਹਨੂੰ ਤੁਸੀਂ ਬਹੁਤ ਚੰਗੀ ਤਰ੍ਹਾਂ ਜਾਣਦੇ ਆ ਪਰ ਉਹਨੂੰ ਚਲਾਉਣ ਲਈ ਸਾਰੇ ਭੁੱਲ ਗਏ ਅੱਜ ਦੀ ਰੁਝਾਵੇ ਭਰੀ ਜ਼ਿੰਦਗੀ ਬਾਈਕ ਗੱਡੀਆਂ ਆ ਗਈਆਂ ਕਿਸੇ ਕੋਲ ਸਾਈਕਲਿੰਗ ਲਈ ਕੋਈ ਟਾਈਮ ਨਹੀਂ ਪੁਰਾਣੇ ਬਿਊਰੋਕ ਸਾਡੇ ਜਿਹੜੇ ਸਾਈਕਲ ਨੂੰ ਯੂਜ਼ ਕਰਕੇ ਹੀ ਇੰਨੇ ਜ਼ਿਆਦਾ ਫਿੱਟ ਰਹਿੰਦੇ ਸੀ ਬਟ ਅੱਜ ਦੇ ਬੱਚਿਆਂ ਨੂੰ ਤੁਸੀਂ ਕਹੋ ਕੋਈ ਯੂਜ਼ ਨਹੀਂ ਹੈਗਾ ਬਟ ਇਹ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਆ ਸਾਈਕਲਿੰਗ ਦੇ ਵਿੱਚ ਤੁਹਾਡੀਆਂ ਲੈਗਸ ਤੁਹਾਡੇ ਨੀਜ਼ ਹਰ ਵੇਲੇ ਰਿਪੇਅਰ ਹੁੰਦੇ ਆ ਤੇ ਇਸ ਨੂੰ ਯੂਜ਼ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਸਾਡੇ ਇਹ ਇੱਕ ਸਭ ਤੋਂ ਵੱਡਾ ਰੀਜ਼ਨ ਅੰਦਰ ਦੇ ਹੈ ਕਿ ਬਾਹਰ ਬਾਰਿਸ਼ ਆ ਕੁਛ ਵੀ ਆ ਤੁਸੀਂ ਸਾਈਕਲਿੰਗ ਅੰਦਰ ਆਪਣੇ ਯੂਜ਼ ਕਰ ਸਕਦੇ ਜਿਮ ਦੇ ਵਿੱਚ ਇਹਦੇ ਵਿੱਚ ਤੁਹਾਨੂੰ ਸੀਟ ਦੀ ਕੋਈ ਪ੍ਰੋਬਲਮ ਨਹੀਂ ਇਹਦੇ ਵਿੱਚ ਪ੍ਰੋਗਰਾਮ ਸੀ ਅਲੱਗ ਅਲੱਗ ਤਰ੍ਹਾਂ ਦੇ ਤੁਹਾਨੂੰ ਕਿਸੇ ਤਰ੍ਹਾਂ ਦੀ ਵੀ ਪ੍ਰੋਬਲਮ ਨਹੀਂ ਆ ਇਸ ਕਰਕੇ ਕਾਰਡੀਓ ਸੈਕਸ਼ਨ ਸਿਹਤ ਲਈ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਕਾਰਡੀਓ ਦੇ ਵਿੱਚ ਸਭ ਤੋਂ ਜ਼ਰੂਰੀ ਹੈ ਲੈਗਸ ਜੋ ਅੱਜ ਕਰਦੇ ਆਪਾਂ ਜਿਮ ਜਾਂਦੇ ਆ ਲੜਕੇ ਲੜਕੀਆਂ ਬਟ ਇਹ ਲੈਗਸ ਨੂੰ ਕੋਈ ਵੀ ਪਹੁੰਚਣ ਨਹੀਂ ਦਿੰਦਾ ਕੋਈ ਵੀ ਯੂਜ਼ ਨਹੀਂ ਕਰਦਾ ਲੈਗਸ ਨੂੰ ਜੋ ਕਿ ਆਪਾਂ ਬੋਡੀ ਦਾ ਅਪਰ ਬੋਡੀ ਦਾ ਕੋਈ ਵੀ ਕੰਮ ਨਹੀਂ ਲੈਂਦੇ ਸਭ ਤੋਂ ਜ਼ਿਆਦਾ ਆਪਣੀ ਯੂਜ਼ ਹੋ ਰਹੀ ਹੈ ਲੈਗਸ ਜੋ ਕਿ ਲੈਗਸ ਨਾਲ ਹੀ ਆਪਾਂ ਸਾਰੀ ਦਿਹਾੜੀ ਕੰਮ ਕਰਦੇ ਆ ਉੱਠਣਾ ਬਹਿਣਾ ਤੁਰਨਾ ਜੋ ਵੀ ਕੰਮ ਆਪਾਂ ਲੈਗਸ ਤੋਂ ਲੈਂਦੇ ਇਸ ਕਰਕੇ ਲੈਗਸ ਦੀ ਐਕਸਰਸਾਈਜ਼ ਕਰਨੀ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਤੇ ਇਹਨਾਂ ਦੀ ਕੇਅਰ ਕਰਨੀ ਬਹੁਤ ਜ਼ਰੂਰੀ ਅੱਜ ਦੇ ਟਾਈਮ 'ਤੇ ਤੁਸੀਂ ਦੇਖੋ ਕਿਸੇ ਦੇ ਗੋਡੇ ਦੁੱਖ ਰਹੇ ਆ ਕਿਸੇ ਨੀਜ਼ ਪ੍ਰੋਬਲਮ ਆ ਰਹੀ ਹੈ ਕਿਸੇ ਦੇ ਕੁਛ ਪ੍ਰੋਬਲਮ ਚੱਲ ਰਹੀ ਆ ਜੇ ਇਹਨਾਂ ਸਾਰਿਆਂ ਤੋਂ ਆਪਾਂ ਨਿਜਾਤ ਲੈਣੀ ਆ
तो अपन लैग्स की एक्सरसाइज जरूर करनी चाहिए है जो कि अपने आने वाले फ्यूचर लिए अपने लिए वधिया रहे। तो बाद आप गल कर रहे डाइट बारे जिदे बारे आप बिल्कुल भी कदे सोचते नहीं खाने लगे भी कि चीज़ साढ़े लिए वधिया है ज इन्हें खाने सानू कि दिक्कत आ सकती ना। फास्ट फूड के पिछे तो अजक आप इदा लग चुके कि आप अपने डाइट में भुल ही चुके आ जिदा ऑयली चीज़ ला लो मिठा ला लो बाहर लिया बनिया घर की बनी आप कोई चीज़ नहीं लाइक करते बाहरों खाना ज़्यादा पसंद करते जो कि अपनी सेहत लिए बहुत ही हानिकारक है। अपन मिठा तलिया इन्हां सारिया चीज़ों तो परहेज करना चाहिए ऑयली चीज़ों तो परहेज करना चाहिए जो कि अपने ब्लड नूं रोक दिया वर्क प्रोपरली करना। अगर प्रोपरली ब्लड नहीं बॉडी में प्रोपरली वर्क करूँगा तो अपनी बॉडी कभी भी तंदुरुस्त नहीं हो सकती। अपनी बॉडी में तंदुरुस्त रखने लिए अपनी सब तो पहला डाइट नूं वधिया करो जिहदे विच सब तो ज़्यादा सैलड फ्रूट ग्रीन वैजीटेबल इन्हां नूं बहुत ही ज़्यादा ध्यान में रख के अपनी डाइट नूं वधिया रखो बाहरों बिल्कुल भी ना खाओ। मैं आस करदा मैं तुहानूं जो भी चीज़ां दसियां कार्डियो बारे अपनी डाइट बारे अपने रोज़ दे रुझेवें बारे तुसीं इन्हां चीज़ां वल ध्यान रखोगे सारे दर्शक ते अपने आप नूं वधिया फिट ते तंदुरुस्त बनाओगे। हुण इस प्रोग्राम नूं इत्थे ही समाप्त करदे मैं राज तुहाडे कोल अलविदा लैंदा हाँ। सारिआं नूं नमस्कार।